ਹਾਂਜੀ ਹਾਂਜੀ ਕੇਸ਼ਵ ਸਾਹਿਬ ਕੀ ਹਾਲ ਫੌਜੀ ਸਾਹਿਬ? ਉਹਦੀ ਕਿਰਪਾ ਖੁਦਾ ਦੀ ਪਰਮੇਸ਼ਵਰ ਦਾ ਸ਼ੁਕਰ ਆ, ਕਿਰਪਾ ਹੀ ਚਾਹੀਦੀ ਆ। ਕੀ ਹੁਣ ਅੱਗੇ ਦਾ ਪ੍ਰੋਗਰਾਮ ਹੈ? ਆਪਣੀ ਟਿਕਟ ਤਾਂ ਆਪਣੀ ਹੁਣ ਫਿਰ ਨਹੀਂ, ਇਲੈਕਸ਼ਨ ਲੜਾਂਗੇ ਆਪਾਂ ਬਈ। ਹਾਂਜੀ ਇਲੈਕਸ਼ਨ ਲੜਾਂਗੇ ਆਪਾਂ। ਕਿਸ ਪਾਰਟੀ ਵੱਲੋਂ? ਪਬਲਿਕ ਮੇਰੀ ਸਭ ਤੋਂ ਪਹਿਲਾਂ, ਮੇਰੀ ਅਸਲ ਜਿਹੜਾ ਮੇਰਾ ਮਾਂ ਬਾਪ ਤੇ ਮੇਰਾ ਪਬਲਿਕ ਆ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਜਿਨ੍ਹਾਂ ਮੈਨੂੰ ਜਿਨ੍ਹਾਂ ਲਈ ਮੈਂ ਵਚਨਬੰਦ ਸੀ, ਜਿਨ੍ਹਾਂ ਲਈ ਮੈਂ ਕੰਮ ਕਰ ਰਿਹਾ ਸੀ, ਜਿਨ੍ਹਾਂ ਦੇ ਮੈਂ ਵਾਅਦੇ ਕੀਤੇ ਆ, ਬਿਲਕੁਲ ਬਿਲਕੁਲ, ਉਹ ਅੱਜ ਮੈਨੂੰ ਸਟੇਜ ਤੇ ਮੈਨੂੰ ਤੇ ਥਾਪਣੀ ਦੇਣਗੇ। ਹਾਂਜੀ ਹਾਂਜੀ ਕਹਿਣਗੇ ਵੀ ਅਸੀਂ ਅੰਗਰੇਜ਼ ਸਿੰਘ ਦੇ ਨਾਲ ਆ ਜੀ। ਅੰਗਰੇਜ਼ ਸਿੰਘ ਨਾਲ ਇੱਕ ਬੱਚਾ ਬੱਚਾ ਬਜ਼ੁਰਗ ਨੌਜਵਾਨ ਨੌਜਵਾਨ ਭੈਣਾਂ ਨੌਜਵਾਨ ਵੀਰ ਜੋ ਘਰ ਘਰ ਜਾ ਕੇ ਮੈਸੇਜ ਦੇਣਗੇ ਤੇ ਅਸੀਂ ਅੰਗਰੇਜ਼ ਸਿੰਘ ਅਗਰਵਾਲ ਦੇ ਨਾਲ ਆ, ਤੇ ਫਿਰ ਆਪਾਂ ਇਸ ਚੀਜ਼ ਕਰ ਦਿੰਦੇ। ਨਹੀਂ ਜਿਵੇਂ ਤੁਸੀਂ ਵਿਚਰ ਰਹੇ ਸੀ ਲੋਕਾਂ ਦੇ ਵਿੱਚ ਸੰਭਾਵੀ ਉਮੀਦਵਾਰ ਵਜੋਂ, ਤੇ ਪਰ ਪਾਰਟੀ ਨੇ ਉਹਨਾਂ ਵੀ ਭਰੋਸਾ ਨਹੀਂ ਜਿਤਾਇਆ, ਕੀ ਗੱਲ ਖੋਲਿਆ ਕੋ ਗੱਲ? ਦੇਖੋ ਜੀ, ਇਹਦੇ ਵਿੱਚ ਪਾਰਟੀ ਹਾਈ ਕਮਾਂਡ ਨੂੰ ਪਤਾ ਵੀ ਕੀ ਉਹਨਾਂ ਦੀ ਰਣਨੀਤੀ ਹੈ ਕੀ ਨਹੀਂ ਹੈ, ਪਰ ਮੇਰੀ ਜਿਹੜੀ ਰਣਨੀਤੀ ਸੀ ਜੀ, ਮੈਂ ਆਪਣੇ ਵਚਨਾਂ ਦੇ ਅਜੇ ਖੜਿਆ। ਜਿਹੜੀ ਰਣਨੀਤੀ ਮੇਰੀ ਸੀ, ਮੈਂ ਉਹਦੇ ਲੋਕਾਂ ਦੇ ਲਈ ਖੜਿਆ, ਮੈਂ ਬਾਰਡਰ ਪੱਟੀ ਦੇ ਲਈ ਖੜਿਆ, ਮੈਂ ਫਿਰੋਜ਼ਪੁਰ ਲੋਕ ਸਭਾ ਦੇ ਲਈ ਖੜਿਆ, ਕਿਉਂਕਿ ਸਾਡੇ ਬੜੇ ਵੱਡੇ ਮਸਲੇ ਨੇ ਜੀ। ਮੈਂ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਨੇ, ਜਿਹੜੇ ਮੈਂ 1000 ਪਿੰਡਾਂ 'ਚ ਮੈਂ ਜਿਹੜਾ ਪ੍ਰੋਗਰਾਮ ਕਰ ਚੁੱਕਿਆ ਜੀ, ਉਹਨਾਂ ਨੂੰ ਮੈਂ ਕਿਵੇਂ ਛੱਡਦਾ ਹੁੰਦਾ ਆਪਣਾ, ਉਹਨਾਂ ਨੂੰ ਮੈਂ ਕਿਵੇਂ ਅਨਿਆਥਾ ਛੱਡਦਾ ਆਪਣਾ, ਉਹ ਛੱਡਦਾ ਵਾ ਵੀ ਕੀ ਕਹਿੰਦੇ ਇੱਕ ਬਿਲਕੁਲ ਬੇਸਹਾਰਾ, ਬਿਲਕੁਲ ਬਿਲਕੁਲ, ਜਿਹੜੇ ਮੈਨੂੰ ਮਹਿਸੂਸ, ਜਿਹੜੇ ਮੈਨੂੰ ਮੇਰੀ ਆਤਮਾ ਨਾਲ ਮਹਿਸੂਸ ਕਰਦੇ ਆ, ਮੇਰੇ ਨਾਲ ਗੱਲ ਕਰਦੇ ਆ ਆਤਮਾ ਨਾਲ, ਬਿਲਕੁਲ, ਜਿਹੜੇ ਅੱਖਾਂ ਨਾਲ ਮੇਰੇ ਨਾਲ ਜਿਹੜੇ ਨਾਲ ਵਿਚਾਰ ਰਲਦੇ ਆ, ਜਿਹੜੇ ਗੱਲ ਕਰਦੇ ਆ, ਜਿਹੜਾ ਦਰਦ ਮੈਂ ਦੇਖਦਾ, ਜਿਹੜਾ ਉਹਨਾਂ ਨੂੰ ਮੇਰੇ 'ਚ ਦਿਖਦਾ ਜੀ, ਮੈਂ ਉਸ ਰੱਬ ਨੂੰ ਮੰਨਣ ਵਾਲਾ, ਉਸ ਵਾਹਿਗੁਰੂ ਨੂੰ ਮੰਨਣ ਵਾਲਾ, ਮੈਂ ਤਾਂ ਬਾਈ ਜੀ ਗੁਰੂ ਗੋਬਿੰਦ ਸਿੰਘ ਦਾ ਫਰਜ਼ ਇੱਕ ਬੜਾ ਵਧੀਆ ਪ੍ਰਮਾਣ ਆ ਵੀ ਜ਼ੁਲਮ ਕਰਨਾ ਔਰ ਜ਼ੁਲਮ ਕੋ ਸਹਿਣਾ ਦੋਨੋਂ ਪਾਪ ਨੇ ਜੀ। ਜੇ ਏਰੀਏ ਦੇ ਮੁਤਾਬਕ ਆਪਾਂ ਗੱਲ ਕਰੀਏ ਤੇ ਚਰਚਾ ਸੀ ਵੀ ਰਾਏ ਸਿੱਖ ਬਰਾਦਰੀ ਦੇ ਕਿਸੇ ਨੁਮਾਇੰਦੇ ਨੂੰ ਟਿਕਟ ਮਿਲੂਗੀ, ਪਰ ਆਮ ਆਦਮੀ ਪਾਰਟੀ ਨੇ ਕਾਕਾ ਬਰਾੜ ਤੇ ਦਾ ਖੇਡਿਆ। ਦੇਖੋ ਜੀ, ਪਹਿਲਾਂ ਜਿਹੜੇ ਸਾਡੇ MP ਰਹੇ ਨੇ ਜੀ, ਇਹਨਾਂ ਦਾ ਫਰਜ਼ ਬਣਦਾ ਸੀ ਵੀ ਇਹਨੂੰ SC ਰਿਜ਼ਰਵ ਸੀਟ ਕਰਾਉਂਦੇ ਜੀ, ਉਹ ਹਮੇਸ਼ਾ ਆਪਦੀ ਹੀ ਕੌਲੀ ਨੂੰ ਭਰਦੇ ਸੀ, ਆਪਦੀ ਹੀ ਤੱਕ ਸੋਚਦੇ ਸੀ ਵੀ ਅਸੀਂ ਠੀਕ ਹਾਂ ਜੀ। ਅੱਜ ਅੰਗਰੇਜ਼ ਸਿੰਘ ਗਰਕ ਨਾਲ ਕੀਤਾ ਗਿਆ, ਸਿਰ ਸਿੱਖ ਬਾਇਆ ਵੀ 100% ਦਰਕਨਾ ਰਹੀ ਹੈ ਜੀ, ਇੰਨਾ ਲੰਮਾ ਪਾਉਣ ਦਾ ਕੋਈ ਮਤਲਬ ਨਹੀਂ ਬਣਦਾ ਜੀ, ਭਾਵੇਂ ਕੋਈ ਅਕਾਲੀ ਪਾਰਟੀ ਜਾਂ ਕਾਂਗਰਸ ਪਾਰਟੀ, ਬੜਾ ਕੁਛ ਹੋ ਰਿਹਾ ਉਹਦੇ ਉੱਤੇ ਜੀ। ਪਰ ਜਿਹੜੀ ਚੀਜ਼ ਜੋ ਸਾਨੂੰ ਸਮਝ ਆਉਂਦੀ ਹੈ ਵੀ ਕਿ ਇੱਕ ਬੜੀ ਵੱਡੀ ਚਾਲ ਸਾਜਿਸ਼ ਆ ਵੀ ਅਸੀਂ ਜਿਹੜਾ 52% ਜਿਹੜਾ SC ਭਾਈਚਾਰਾ ਜੀ, ਉਹਨੂੰ ਕਿਧਰੇ ਕਿਧਰੇ ਬੜੇ ਵੱਡੇ ਲੈਵਲ ਤੇ ਉਹਨੂੰ ਬੈਕਫੁੱਟ ਤੇ ਲਿਆਂਦਾ ਗਿਆ, ਇੱਥੇ ਜਾਤੀਵਾਦੀ ਬੜਾ ਵੱਡਾ ਜੀ, ਤੇ ਜਿਹੜੀ ਗੱਲ ਹੈ ਲੋਕ ਅੱਜ ਐਕਚੁਅਲ ਪੰਜ ਦਿਨ ਬਚਿਆ ਜੀ, ਲੋਕ ਅੱਜ ਡਿਸਾਈਡ ਕਰਨਗੇ ਜੀ, ਅੱਜ ਦਾ ਜਿਹੜਾ ਮੇਨ ਅਹਿਮ ਦਿਨ ਰਹੇਗਾ ਲੋਕਾਂ ਦਾ ਰਹੇਗਾ ਜੀ, ਇੱਕ ਪਹਿਲਾ ਲੀਡਰ ਹੋਏਗਾ ਜਿਹੜਾ ਲੋਕਾਂ ਤੋਂ ਪੁੱਛ ਕੇ ਕੰਮ ਕਰਦਾ ਜੀ, ਜਿਹੜੇ ਪਹਿਲਾਂ ਲੀਡਰ ਹੁੰਦੇ ਸੀ ਜੀ ਮੈਂ ਇਸ ਪਾਰਟੀ ਚੱਲਿਆ ਨੀ, ਉਹਨੇ ਕਿਸੇ ਤੋਂ ਨੀ ਪੁੱਛਿਆ ਵੀ ਚਲਾ ਜਾਵਾਂ ਨਾ ਚਲਾ ਜਾ ਜੀ, ਠੀਕ ਹੈ, ਪਾਰਟੀਆਂ ਵੀ ਪੁੱਛਦੀਆਂ ਨੀ ਟਿਕਟ ਕਿਹਨੂੰ ਦੇਣੀ ਕਿਹਨੂੰ ਨਹੀਂ ਕਰਨੀ ਹੈ, ਸਰਵੇ ਕਰਾਇਆ, ਸਰਵੇ ਤੁਹਾਨੂੰ ਪਤਾ ਕਿਉਂ ਕੀ ਨਹੀਂ ਹੈ ਜੀ, ਬਿਲਕੁਲ, ਤਾਂ ਇਸ ਲਈ ਮੈਂ ਫੌਜੀ ਬੰਦਾ ਸਟੇਟ ਫਾਰਵਰਡ ਚੱਲਦਾ ਰਾਜਨੀਤੀ ਆਉਂਦੀ ਨੀ, ਆਪਦੇ ਪਰਿਵਾਰਾਂ ਤੋਂ ਪੁੱਛਾਂਗਾ, ਰਿਸ਼ਤੇਦਾਰਾਂ ਤੋਂ ਪੁੱਛਾਂਗਾ ਜੀ, ਤੇ ਉਹ ਜੋ ਵੀ ਸਲਾਹ ਦੇਣਗੇ ਮੇਰੇ ਜੇ ਹਮਾਇਤੀ ਲੋਕ ਜੀ, ਉਹਨਾਂ ਦੀ ਸਲਾਹ ਲੈ ਕੇ ਮੈਂ ਸਿਰ ਮੱਥੇ ਲਾ ਕੇ ਵਾਹਿਗੁਰੂ ਦਾ ਉਹ ਰਾਸਤਾ ਲੈ ਕੇ ਅੱਗੇ ਮੂਵ ਕਰਾਂਗਾ। ਫੌਜੀ ਸਾਹਿਬ, ਤੁਸੀਂ ਫੌਜ ਵਿੱਚ ਸੇਵਾ ਕੀਤੀ, ਲੋਕ ਸੇਵਾ ਕੀਤੀ, ਤੇ ਤੁਹਾਨੂੰ ਲੱਗਦਾ ਨੀ ਵੀ ਲੀਡਰਾਂ ਨੇ ਸਿਰਫ ਆਪਣੇ ਲਈ ਕਾਨੂੰਨ ਬਣਾਇਆ? ਜਿਵੇਂ ਕਿ ਜਿੱਤਾ MLA ਇੱਕ MP ਦੀ ਚੋਣ ਲੜਦਾ, ਜੇ ਉਹ ਹਾਰ ਜਾਂਦਾ ਤਾਂ ਫਿਰ ਉਹ MLA ਰਹਿ ਜਾਂਦਾ,
ਤੇ ਜੇ ਜਿੱਤ ਜਾਂਦਾ ਤਾਂ ਫਿਰ ਉੱਥੇ ਜਿਮਣੀ ਚੋਣ ਹੁੰਦੀ ਆ ਤੇ ਫਿਰ ਲੋਕਾਂ ਦਾ ਪੈਸਾ ਵੀ ਬਰਬਾਦ ਹੁੰਦਾ, ਇਹਨੂੰ ਕਿਵੇਂ ਵੇਖਦੇ ਹੋ? ਦੇਖੋ ਜੀ, ਇਹ ਲੋਕਾਂ ਨਾਲ ਦੇਖੋ ਇਹਨਾਂ ਨੂੰ ਕੀ ਫਰਕ ਪੈਂਦਾ ਲੀਡਰਾਂ ਨੂੰ, ਪੈਸਾ ਜਿਹੜਾ ਟੈਕਸ ਆ ਉਹ ਟੈਕਸ ਆ ਲੋਕਾਂ ਦਾ ਜੀ, ਤੇ ਜਿਹੜੀ ਸਾਡੀ ਦੇਸ਼ ਸੇਵਾ ਦੀ ਗੱਲ ਆ ਜੀ, ਅਸੀਂ ਤਾਂ ਪੂਰੀ ਵਫਾਦਾਰੀ ਨਾਲ 100% ਅਸੀਂ ਰਾਜ ਸੇਵਾ ਨਿਭਾਈ ਹੈ ਦੇਸ਼ ਲਈ ਜੀ, 24 ਘੰਟੇ ਡਿਊਟੀ ਦੇ ਤਿਆਰ ਬਰ ਤਿਆਰ ਰਹੇ ਹਾਂ ਔਰ ਦੇਸ਼ ਨੂੰ ਸਿਕਿਓਰ ਰੱਖਿਆ ਜੀ। ਜਿਹੜੀ MLA ਨੂੰ ਲੈ ਕੇ ਆਉਂਦੇ ਜਾਂ ਮੰਤਰੀਆਂ ਨੂੰ ਲੈ ਕੇ ਆਉਂਦਾ, ਇਹ ਪਾਰਟੀਆਂ ਦਾ ਗਲਤ ਡਿਸੀਜਨ ਆ, ਕਿਉਂਕਿ ਗਲਤ ਡਿਸੀਜਨ ਹੈ। ਇੱਕ ਸਾਈਡ ਤੇ ਕਹਿੰਦੇ ਜਿਹੜਾ ਲੋਕਾਂ ਦਾ ਪੈਸਾ ਸੀ, ਇੱਕ ਇੱਕ ਰੁਪਇਆ ਵਿਅਰਥ ਨਹੀਂ ਜਾਣ ਦੇਣਾ ਜੀ, ਤੇ ਪਾਰਟੀਆਂ ਪੈਸਾ, ਇਹ ਪੈਸਾ ਲੱਗ ਕਿਹਨਾਂ ਦਾ ਰਿਹਾ? ਜਿਹੜੀ ਗੱਡੀਆਂ ਦਾ ਫਿਊਲ ਕੰਜਪਸ਼ਨ ਹੋ ਰਿਹਾ ਹੈ, ਜਿਹੜਾ ਜਿਹੜੀ ਫੋਰਸ ਤੁਸੀਂ ਲੈ ਕੇ ਚੱਲ ਰਹੇ ਹੋ ਬਿਲਕੁਲ, ਜਾਂ ਹੋਰ ਜਿਹੜੀ ਪਾਵਰ ਦਾ ਮਿਸਯੂਜ ਹੋ ਰਿਹਾ ਹੈ, ਉਹ ਖਰਚਾ ਪੈਸਾ ਵੇਸਟੇਜ ਨਹੀਂ ਤਾਂ ਕੀ ਆ? ਬਿਲਕੁਲ। ਤਾਂ ਇੱਥੇ ਜੇ ਮੰਨ ਲਓ ਕੋਈ MLA ਜਾਂ ਮੰਤਰੀ ਜਿੱਤ ਜਾਂਦਾ, ਉੱਥੇ ਫਿਰ ਤੁਸੀਂ ਇਲੈਕਸ਼ਨ ਕਰਾਓਗੇ? ਬਿਲਕੁਲ। ਉਹ ਪੈਸਾ ਕਿਹਦਾ ਲੱਗਿਆ? ਲੋਕਾਂ ਦਾ, ਪੰਜਾਬ ਗਵਰਨਮੈਂਟ ਦਾ ਵੀ ਲੱਗਿਆ ਬਿਲਕੁਲ, ਸੈਂਟਰ ਗਵਰਨਮੈਂਟ ਦਾ ਲੱਗਿਆ, ਤੇ ਲੋਕਾਂ ਦਾ ਪੈਸਾ ਸਰਕਾਰਾਂ ਦਾ ਕੀ ਆਦਾ ਹੁੰਦਾ? ਸਰਕਾਰਾਂ ਕਿਹੜੀ ਆਪ ਮੂੰਗੀ ਬੀਜੀ ਹੋਈ ਹੈ? ਬਿਲਕੁਲ। ਸਰਕਾਰਾਂ ਨੇ ਕਿਹੜੀ ਆਪ ਮੂੰਗੀ ਬੀਜੀ ਹੋਈ ਹੈ? ਮੂੰਗੀ ਵੇਚ ਕੇ ਜਾ ਕੇ ਪੈਸਾ ਲਾਉਂਦੇ ਨੇ ਬਿਲਕੁਲ, ਸਾਰੀਆਂ ਜੇਬਾਂ ਦੇ ਫਰਕ ਉਹ ਪੈਂਦਾ, ਅਸਰ ਪੈਂਦਾ ਜੀ, ਤੇ ਪੈਸਾ ਜਿਹੜਾ ਆਮ ਬੰਦੇ ਦਾ, ਆਮ ਬੰਦੇ ਤੇ ਹੀ ਲੱਗਣਾ ਚਾਹੀਦਾ। ਜੇਕਰ ਜਿੱਤਿਆ MLA, ਜੇਕਰ MP ਦੀ ਚੋਣ ਹਾਰ ਜਾਂਦਾ ਤਾਂ ਫਿਰ ਉਹਨੂੰ ਇਸ ਹਿਸਾਬ ਨਾਲ ਅਸਤੀਫਾ ਦੇਣਾ ਚਾਹੀਦਾ MLA ਪਾਸੋਂ? ਦੇਣਾ ਚਾਹੀਦਾ, ਜਿਹੜਾ ਦੇਣਾ ਚਾਹੀਦਾ, ਦੇਣਾ ਚਾਹੀਦਾ। ਕੋਈ ਵੀ ਦੇਖੋ ਪੰਜਾਬ ਦੇ ਅਹੁਦੇ ਤੇ, ਮੰਨ ਲਓ ਕੋਈ ਚੇਅਰਮੈਨ ਵੀ ਆ ਬਿਲਕੁਲ, ਕੋਈ MLA ਵੀ, ਕੋਈ ਮੰਤਰੀ ਆ ਜੀ, ਇਟ ਮੀਨਸ ਉਹ ਇਸ ਕਾਬਲ ਹੈ ਹੀ ਨਹੀਂ। ਬੋਲੋ ਉਹਨੂੰ ਲੋਕ ਜਿਤਾਉਣ, ਜੇ ਮੰਨ ਲਓ ਇਸ ਕਾਬਲ ਹੈ ਤਾਂ ਲੋਕ ਜਿਤਾ ਦੇਣਗੇ ਬਿਲਕੁਲ, ਜੇ ਇਸ ਕਾਬਲ ਹੈ ਹੀ ਨਹੀਂ, ਹਾਰ ਗਿਆ ਫਿਰ ਉਹਦਾ ਹੱਕ ਨਹੀਂ ਮੰਨਦਾ MLA ਵਾਲਿਆਂ ਜੀ। ਇਹ ਇੱਕ ਕਾਨੂੰਨ, ਇਹ ਸੰਵਿਧਾਨ ਦੇ ਵਿੱਚ ਮਤਾ ਪਾਸ ਹੋਣਾ ਚਾਹੀਦਾ ਜੀ, ਸਾਰੇ ਲੱਡੂ ਹੱਥ ਚ ਨਾ ਰੱਖੇ ਜਾਣ ਜੀ। ਅੱਜ ਤੁਸੀਂ 20 ਅਪ੍ਰੈਲ ਹੈ, ਇੱਕ ਵੱਡਾ ਫੈਸਲਾ ਲੈਣ ਜਾ ਰਹੇ ਹੋ, ਇਹ ਫਿਰ ਲੋਕਾਂ ਤੇ ਛੱਡਤਾ ਫੈਸਲਾ? ਲੋਕਾਂ ਤੇ ਜੀ, ਲੋਕ ਸਭ ਤੋਂ ਵੱਡੇ ਨੇ ਜੀ, ਲੋਕ ਸਭ ਤੋਂ ਵੱਡੇ ਨੇ। ਲੋਕਾਂ ਨੇ ਜਿਹੜਾ ਪਿਆਰ ਦਿੱਤਾ ਉਹ ਮੇਰੇ ਸਿਰ ਮੱਥੇ ਆ, ਤੇ ਲੋਕਾਂ ਦੇ ਲਈ ਸਾਰਾ ਕੁਛ ਸਮਰਪਿਤ ਆ। ਫੌਜੀ ਬੰਦਾ ਪਹਿਲਾਂ ਦੇਸ਼ ਲਈ ਸਮਰਪਿਤ ਸੀ, ਹੁਣ ਆਪਦੇ ਲੋਕ ਸਭਾ ਫਿਰੋਜ਼ਪੁਰ ਦੇ ਲਈ ਸਮਰਪਿਤ ਆ। ਇਹ ਲੰਬੀ ਜ਼ਿੰਦਗੀ ਤੱਕ ਲੋਕਾਂ ਦੀ ਸੇਵਾ ਕਰਾਏ। ਤੇ ਜੇ ਲਾਸਟ ਦੱਸ ਦਿਓ ਵੀ ਹੁਣ ਆਜ਼ਾਦ ਚੋਣ ਲੜੋਗੇ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਜਾਣ ਦੇ ਚਾਂਸ? ਹਾਲੇ ਤੱਕ ਤਾਂ ਮੇਰਾ ਕਿਸੇ ਪਾਰਟੀ ਨਾਲ ਨਾ ਤਾਂ ਮੈਂ ਕੋਈ ਸੰਬੰਧ ਰੱਖਦਾ ਜੀ, ਨਾ ਮੈਂ ਕਿਸੇ ਪਾਰਟੀ ਨਾਲ ਕੋਈ ਵਾਰਤਾਲਾਪ ਕੀਤਾ ਜੀ, ਕਿ ਮੈਂ ਇੱਕ ਲੀਡਰ ਨਹੀਂ ਹਾਂ ਜੀ। ਉਹ ਲੀਡਰਾਂ ਦੀ ਫਿਤਰਤ ਹੁੰਦੀ ਹੈ, ਖੱਬੇ ਸੱਜੇ ਭੱਜੋ ਜਾਂ ਬੱਚੇ ਤਾਲਮੇਲ ਕਰ ਲਓ। ਹਾਂ, ਜੇ ਸਮਾਜ ਦਾ ਭਲਾ ਕਰਨਾ ਤਾਂ ਕੋਈ ਫਿਰ ਹੋ ਸਕਦਾ ਕਿਸੇ ਨਾਲ ਹੱਥ ਮਿਲਾਉਣਾ ਪਏ ਜੀ। ਆਮ ਆਦਮੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹੋ? ਨਹੀਂ, ਮੈਂ ਨਾਰਾਜ਼, ਮੈਂ ਕਿਸੇ ਸ਼ਬਦ ਨੇ ਕਿਹਾ ਹੀ ਨਹੀਂ ਮੈਂ ਨਾਰਾਜ਼ ਹਾਂ ਕਿਸੇ ਨਾਲ। ਉਹਨਾਂ ਆਪਦਾ ਫਰਜ਼ ਅਦਾ ਕੀਤਾ ਜੀ। ਆਮ ਆਦਮੀ ਪਾਰਟੀ ਨੇ, ਆਪ ਦੇ ਸੁਪਰੀਮੋ ਨੇ, ਆਪ ਦੀ ਜੋ ਸੰਗਠਨ ਟੀਮ ਨੇ ਜਾਂ ਵੀ ਜੋ ਵੀ ਅਹੁਦੇਦਾਰ ਨੇ ਸਾਡੇ ਵੀ ਸੈਂਟਰ ਦੇ ਚਲਾਉਂਦੇ ਪਾਰਟੀ ਨੂੰ ਜੀ, ਉਹਨਾਂ ਦੀ ਆਪ ਦੀ ਓਪੀਨੀਅਨ ਹੋ ਸਕਦੀ ਹੈ। ਉਹਦੇ ਵਿੱਚ ਮੈਂ ਜ਼ਿਆਦਾ ਨਹੀਂ ਕਹਿ ਸਕਦਾ ਵੀ ਮੈਂ ਨਾਰਾਜ਼ ਹਾਂ। ਨਾਰਾਜ਼ ਉਹਨਾਂ ਦਾ ਬਾਈ, ਦੇਖੋ ਮੈਂ ਤੁਹਾਡੇ ਕੋਲ ਗਿਆ, ਤੁਸੀਂ ਦਿੱਤਾ ਜੀ, ਮੈਂ ਦੇ ਚੱਲ, ਮੈਂ ਤੁਹਾਡਾ ਧੰਨਵਾਦ ਨਹੀਂ ਦਿੱਤਾ, ਮੈਂ ਕਿਉਂ ਗਾਲਾਂ ਕੱਢਾਂ ਜੀ? ਜੇ ਤੁਸੀਂ, ਤੁਹਾਨੂੰ ਪਤਾ ਵੀ ਇਹ ਚੀਜ਼ ਦੇਣ ਜੋ ਹੈ ਜਾਂ ਨਹੀਂ ਹੈ, ਇਹ ਪਾਰਟੀਆਂ ਦਾ ਕੰਮ ਆ। ਬਾਕੀ ਹਾਂ, ਮੇਰੀ ਜੋ ਆਵਾਜ਼ ਆ, ਆਵਾਜ਼ ਇਹ ਆ ਵੀ ਅਸੀਂ ਆਪਦੇ ਲੋਕਾਂ ਦਾ ਫੈਸਲਾ ਸੁਣਾਂਗੇ। ਲੋਕ ਹੀ ਮੇਰੇ ਲਈ ਸਭ ਤੋਂ ਵੱਡੀ ਸੁਪਰੀਮੋ ਆ। ਠੀਕ ਹੈ ਸਰ, ਤੁਸੀਂ ਧੰਨਵਾਦ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ।